जो आज बड़ी सफलता पूर्वक चल रहा है। स्कूल को एजुकेशन करवाते हुए सीनियर सैकेंडरी पद्धर तक मानता पाने उपरंत बारहवीं आर्ट्स कॉमर्स के समय समय से इस स्कूल के मुखिया ने जो भी स्कूल ले चंगा किया प्रोफेसर चारू के श्रद्धांजलि। मैं ये भी दसना चाहगा कि साडे स्कूल की मैनेजिंग कमेटी का इस स्कूल नवी I salute your ambitions as a grandson who continue the mission that we must try to achieve a better in a fast way so that कई बार यूज हो चुका है आज और बहुत बहुत लोगों के मन में ट्रांसफॉर्मेशन शब्द की अंडरस्टैंडिंग शायद थोड़ी डिफरेंट होगी। तो मैं वीडियो बना लो पंडित चारदेवा शास्त्री जी जितों से शुरू किया एक बार फिर याद करते हुए जिन्हें भी इतने डिस्टिंग्विश गेस्ट आए हैं उन्होंने असं धन्यवाद करते हैं। और मैं इस श्री सुरेश जैन जी तुम देख ही लिया कि जिनी एनर्जी उन्होंने आई है मेरा ख्याल उन्होंने नाल नाल जो बाकी कमेटी मैंबरस आ उन्होंने भी एनर्जी जी आई। मैं बहुत टाइम नहीं लेना लेकिन सिर्फ दो गल सुपने देखना सब तो जरूरी हूँ क्योंकि कोई भी चीज़ जी सुपने तो ही निकलती है ड्रीम लैने और उस तो बाद सुधीर जी ने दसिया आइडिया आइडिया तो प्रोजेक्ट लेकिन इस टाइम असी खड़े कितने हाँ आइडिया और प्रोजेक्ट के विचकार और उस प्रोजेक्ट को कंप्लीट करने वास्ते
ਤੁਹਾਨੂੰ ਸਾਰਿਆਂ ਨੂੰ ਜਿੰਨਿਆਂ ਦੇ ਵੀ ਸਬਕੌਂਸ਼ੀਅਸ ਮਾਈਂਡ ਸੀ ਇਹਨਾਂ ਨੇ ਯੂਰੋਨਸ ਦੀ ਗੱਲ ਕੀਤੀ ਆਈਡੀਆ ਕਿੱਥੋਂ ਆਉਂਦੇ ਉਹ ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਸ ਨੂੰ ਜਦੋਂ ਅਸੀਂ ਐਕਟੀਵੇਟ ਕਰਦੇ ਹਾਂ ਉਹਦੇ ਉੱਤੇ ਪ੍ਰੈਸ਼ਰ ਪਾਉਂਦੇ ਹਾਂ ਤਾਂ ਉਹ ਸਬਕੌਂਸ਼ੀਅਸ ਮਾਈਂਡ ਦੇ ਵਿੱਚੋਂ ਆਈਡੀਆ ਆਉਣੇ ਸ਼ੁਰੂ ਹੋ ਜਾਂਦੇ ਸੋ ਮੈਂ ਜ਼ਰੂਰ ਚਾਹਾਂਗਾ ਕਿ ਸਾਰੇ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਨੂੰ ਅਸੀਂ ਜ਼ਰੂਰ ਐਕਟੀਵੇਟ ਰੱਖੀਏ ਜਿਹੜਾ ਸਾਡਾ ਪ੍ਰੋਜੈਕਟ ਹੈ ਇੱਕ ਫਾਈਨਲ ਆ ਜੋ ਵੀ ਅਸੀਂ ਇਹ ਪੇਪਰਸ ਦੇ ਉੱਪਰ ਲਿਖਿਆ ਇਹਨੂੰ ਗਰਾਊਂਡ ਰਿਐਲਿਟੀਜ਼ ਦੇ ਵਿੱਚ ਚੇਂਜ ਕਰਨ ਵਾਸਤੇ ਅਸੀਂ ਜ਼ਰੂਰ ਆਪਣੇ ਐਫਰਟਸ ਕਰੀਏ ਲੇਕਿਨ ਅਖੀਰ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਐਕਸੈਪਟ ਸ਼ਰਤ ਜੀ ਸ਼ਾਲਨੀ ਜੀ ਸੁਧੀਰ ਜੀ ਔਰ ਪੂਜਾ ਇਹਨਾਂ ਪ੍ਰੋਜੈਕਟਸ ਨੂੰ ਕੰਪਲੀਟ ਕਰਨ ਦਾ ਜਿਹੜਾ ਓਨਸ ਆ ਉਹ ਜ਼ਿੰਮੇਵਾਰੀ ਆ ਉਹ ਸਾਰੀ ਸਾਡੇ ਸਾਰਿਆਂ ਦੇ ਉੱਤੇ ਜਿੰਨੇ ਅਸੀਂ ਬੈਠੇ ਇਹਨਾਂ ਦਾ ਕੰਮ ਇੱਕ ਐਜ ਏ ਕੈਟਲਿਸਟ ਸੀ ਇਹ ਕੈਟਲਿਸਟ ਦਾ ਕੰਮ ਕਰਦੇ ਰਹਿਣਗੇ ਲੇਕਿਨ ਜਿੱਥੇ ਤੁਸੀਂ ਕੰਮ ਕਰਨਾ ਉੱਥੇ ਤੁਸੀਂ ਬੈਠੇ ਹੋ ਅਸੀਂ ਇਹਨਾਂ ਨੂੰ ਵਾਰ ਵਾਰ ਬੁਲਾ ਸਕਦੇ ਹਾਂ ਇਹ ਟਾਈਮ ਕੱਢ ਕੇ ਆਉਣਗੇ ਵੀ ਲੇਕਿਨ ਉਹਦਾ ਜਿਹੜਾ ਮੇਨ ਕੰਮ ਆ ਉਹ ਤੁਹਾਡੇ ਸਾਰਿਆਂ ਦੇ ਉੱਪਰ ਆ ਸੋ ਮੈਂ ਇੱਕ ਮੈਨੇਜਿੰਗ ਕਮੇਟੀ ਵੱਲੋਂ ਮੈਨੂੰ ਫੇਥ ਵੀ ਆ ਔਰ ਵਿਸ਼ਵਾਸ ਵੀ ਦਵਾਉਣਾ ਕਿ ਜਿਹੜਾ ਗਰਾਊਂਡ ਰਿਐਲਿਟੀਜ਼ ਦੇ ਉੱਪਰ ਕੰਮ ਹੋਣਾ ਉਹਦੇ ਵਿੱਚ ਕੋਈ ਸਾਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਸਾਡੇ ਪ੍ਰੋਜੈਕਟ ਕੰਪਲੀਟ ਜਿਹੜੇ ਆ ਉਹ ਜ਼ਰੂਰ ਹੋਣ ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਸ਼ੁਰੂਆਤ ਕਰਨੇ ਦੀ ਉਹ ਜੈਨ ਸਾਹਿਬ ਨੇ ਜਿਹੜੀ ਫੰਡ ਰੇਜ਼ਿੰਗ ਸਭ ਤੋਂ ਇੱਕ ਇੰਪੋਰਟੈਂਟ ਗੱਲ ਸੀ ਉਹਦੀ ਸ਼ੁਰੂਆਤ ਹੋ ਗਈ ਸੋ ਅਗਰ ਅਸੀਂ ਉਹ ਸ਼ੁਰੂਆਤ ਕਰ ਲਈ ਵਿਦਇਨ ਟੂ ਡੇਜ਼ ਤਾਂ ਸਾਰੇ ਕੰਮਾਂ ਨੂੰ ਕੰਪਲੀਟ ਕਰਨਾ ਕੋਈ ਬਹੁਤਾ ਔਖਾ ਨਹੀਂ